ਪੰਜਾਬ ਵਿਧਾਨ ਸਭਾ 'ਚ ਉਪ ਨੇਤਾ ਵਿਰੋਧੀ ਧਿਰ ਡਾਕਟਰ ਰਾਜ ਕੁਮਾਰ ਚੱਬੇਵਾਲ ਹੋਣੀ ਅੱਜ ਇੱਕ ਸੰਗਲ ਲੈ ਕੇ ਵਿਧਾਨ ਸਭਾ 'ਚ ਆਏ ਆ। ਡਾਕਟਰ ਸਾਹਿਬ, ਵਿਧਾਨ ਸਭਾ ਦੇ ਵਿੱਚ ਕਾਗਜ਼ ਪੱਤਰ ਲੈ ਕੇ ਜਾਂਦੇ, ਫਾਈਲਾਂ ਲੈ ਕੇ ਜਾਂਦੇ ਤਾਂ ਮੈਂ ਬਾਕੀ ਵਿਧਾਇਕਾਂ ਨੂੰ ਵੀ ਦੇਖਦਾ, ਇਹ ਕੀ ਹਾਲਾਤ ਬਣ ਗਏ ਵੀ ਤੁਸੀਂ ਸੰਗਲ ਲੈ ਕੇ ਵਿਧਾਨ ਸਭਾ ਜਾਣ ਲੱਗ ਗਏ? ਨਪਿੰਦਰ ਜੀ, ਬੜੀਆਂ ਮਜਬੂਰੀਆਂ ਹੋ ਗਈਆਂ, ਕਿਉਂਕਿ ਕੱਲ੍ਹ ਲੀਡਰ ਆਫ ਦਾ ਹਾਊਸ ਨੇ ਜਿਸ ਤਰੀਕੇ ਦੇ ਨਾਲ ਸਦਨ ਦੇ ਵਿੱਚ ਬੋਲਿਆ, ਪਹਿਲਾਂ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਤਾਲਾ ਗਿਫਟ ਕੀਤਾ, ਕਿ ਸਪੀਕਰ ਸਾਹਿਬ ਨੂੰ ਤਾਲਾ ਗਿਫਟ ਕੀਤਾ, ਅਤੇ ਉਸ ਤੋਂ ਬਾਅਦ ਕੱਲ੍ਹ ਸਦਨ ਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਵੀ ਇਹ ਜਿਹੜੇ MLA ਸਾਹਿਬਾਨ ਜਿਹੜੇ ਵਾਕਆਊਟ ਕਰ ਗਏ ਆ, ਇਹ ਇਹਨਾਂ ਨੂੰ ਲੱਗਦਾ ਕਹਿੰਦੇ ਵੀ ਸੰਗਲ ਪਾਉਣੇ ਪੈਣੇ ਆ, ਕਿਉਂਕਿ ਸ਼ੁਕਰ ਆ ਕਹਿੰਦੇ ਵੀ ਇਹ ਨਾਰੇ ਮਾਰਦੇ ਚਲੇ ਜਾਂਦੇ ਆ, ਕਿਤੇ ਸਾਡੇ ਡਲੇ ਨਹੀਂ ਮਾਰਦੇ। ਸੋ ਮੈਂ ਸਮਝਦਾ ਕਿ ਤੁਸੀਂ ਯਾਰ ਸਾਡੀ ਮਾਨਸਿਕ ਸਥਿਤੀ ਬਾਰੇ ਇਹ ਚਰਚਾ ਕਰਨੀ ਪਵਿੱਤਰ ਸਦਨ ਦੇ ਵਿੱਚ ਕਿ ਇਹਨਾਂ ਦੀ ਮਾਨਸਿਕ ਸਥਿਤੀ ਖਰਾਬ ਹੈ, ਅਤੇ ਮੈਂ ਸਮਝਦਾ ਕਿ ਬਹੁਤ ਮੰਦਭਾਗਾ ਹੈ। ਔਰ ਦੂਸਰਾ, ਅਤੇ ਮੈਨੂੰ ਤਾਂ ਲੱਗਦਾ ਪੰਜਾਬ ਦੇ ਲੋਕ ਇਹੀ ਸ਼ੱਕ ਕਰਨ ਲੱਗ ਪਏ ਆ ਵੀ ਇਹਨਾਂ ਦੀ ਮਾਨਸਿਕ ਸਥਿਤੀ ਖਰਾਬ ਤਾਂ ਨਹੀਂ, ਜਿਹੜੇ ਅੱਜ ਪੰਜਾਬ ਦੇ ਨਾਲ ਜੋ ਹੋ ਰਿਹਾ। ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਾਨੂੰਨ ਵਿਵਸਥਾ ਦੀ ਜੋ ਹਾਲਾਤ ਹੈ, ਲਾਅ ਐਂਡ ਆਰਡਰ, ਜੋ ਜਿਸ ਤਰ੍ਹਾਂ ਲੋਕਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ, ਦਿਨ ਦਿਹਾੜੇ ਫਰੌਤੀਆਂ ਮੰਗੀਆਂ ਜਾ ਰਹੀਆਂ, ਗੈਂਗਸ, ਨੈਸ਼ਨਲ ਗੈਂਗਸ, ਇੰਟਰਨੈਸ਼ਨਲ ਗੈਂਗਸ ਓਪਰੇਟ ਕਰ ਰਹੇ, ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ, ਸਾਡੇ ਦੁਕਾਨਦਾਰਾਂ ਨੂੰ ਜ਼ਖਮੀ ਕੀਤਾ ਜਾ ਰਿਹਾ, ਮਾਰਿਆ ਜਾ ਰਿਹਾ। ਸੋ ਹਰ ਵਰਗ ਜਿਹੜਾ ਉਹ ਪਰੇਸ਼ਾਨ ਹੈ। ਔਰ ਦੂਸਰਾ, ਜਿਹੜੇ ਲੋਕ ਨੇ ਉਹ ਸੋਚਦੇ ਆ ਕਿ ਅਸੀਂ ਵਿਧਾਇਕ ਚੁਣ ਕੇ ਭੇਜਿਆ, ਸਾਡੀ ਗੱਲ ਹੋਏਗੀ, ਪਰ ਤੁਸੀਂ ਇਹ ਸੰਗਲ ਵਿਖਾ ਕੇ ਕੀ ਉੱਥੇ ਸਾਬਤ ਕਰਨਾ ਚਾਹੁੰਦੇ? ਦੂਸਰਾ, ਪੰਜਾਬ ਦੇ ਵਿੱਚ ਨਸ਼ੇ ਜਿਹੜੇ ਉਹ ਮਾੜੀ ਹਾਲਾਤ 'ਚ ਨੇ। ਸੋ ਅੱਜ ਲੋਕ ਪਛਤਾਉਂਦੇ ਨੇ ਕਿ ਅਸੀਂ ਇਹ ਜਿਹੜੇ ਲੋਕ ਚੁਣ ਲਏ ਆ, ਲੱਗਦਾ ਵੀ ਇਹਨਾਂ ਦੀ ਮਾਨਸਿਕ ਸਥਿਤੀ ਵਿੱਚ ਕੁਛ ਨਾ ਕੁਛ ਖਰਾਬੀ ਜ਼ਰੂਰ ਆ, ਕਿਉਂਕਿ ਪੰਜਾਬ ਦੇ ਹਾਲਾਤ ਇੰਨੇ ਖਰਾਬ ਨੇ। ਇਹ ਤਾਂ ਸਾਡੇ ਕਹਿੰਦੇ ਵੀ ਇਹ ਮੁਰਦਾਬਾਦ ਮੁਰਦਾਬਾਦ ਕਰਦੇ, ਪਰ ਮੈਨੂੰ ਸ਼ੱਕ ਇਹ ਆ, ਮੈਨੂੰ ਖਦਸ਼ਾ ਇਹ ਆ ਵੀ ਲੋਕਾਂ ਨੇ ਜਦੋਂ ਇਹਨਾਂ ਨੇ ਲੋਕ ਦਰਬਾਰ 'ਚ ਜਾਣਾ, ਚੋਣਾਂ ਹੁਣ ਹੋਣੀਆਂ, ਅਤੇ ਲੋਕ ਇਹਨਾਂ ਦੀ ਮੁਰਦਾਬਾਦ ਮੁਰਦਾਬਾਦ ਕਰਨਗੇ, ਲੋਕ ਇਹਨਾਂ ਦੇ ਡਲੇ ਮਾਰਨਗੇ। ਸੋ ਉਦੋਂ ਇਹਨਾਂ ਨੂੰ ਮੈਂ ਤਾਂ ਅੱਜ ਸਪੀਕਰ ਸਾਹਿਬ ਨੂੰ ਗਿਫਟ ਦੇਣ ਆਇਆ ਸੀ, ਕਿਉਂਕਿ ਜਦੋਂ ਦਾ ਸਪੀਕਰ ਸਾਹਿਬ ਨੂੰ ਗਿਫਟ ਦਿੱਤਾ ਲੀਡਰ ਆਫ ਦਾ ਹਾਊਸ ਨੇ, ਉਹਨਾਂ ਨੇ ਬੜੇ ਪਿਆਰ ਨਾਲ ਸਵੀਕਾਰ ਕੀਤਾ, ਬੜੇ ਖੁਸ਼ ਸੀ। ਤੁਸੀਂ ਦੇਖਿਆ ਸਾਰਾ ਦਿਨ ਚਾਬੀ ਘੁਮਾਉਂਦੇ ਰਹੇ ਉਹਦੇ 'ਚ, ਅਤੇ ਜਦੋਂ ਮੈਂ ਆਪਣਾ ਗਿਫਟ ਕੱਢਿਆ ਅਤੇ ਮੇਰੀ ਗਿਫਟ ਨੂੰ ਤਾਂ ਸਪੀਕਰ ਸਾਹਿਬ ਨੇ ਐਂ ਵੀ ਨਹੀਂ ਦੇਖਿਆ, ਪਰੇ ਨੂੰ ਦੇਖਦੇ ਰਹੇ। ਸੋ ਅਸੀਂ ਤਾਂ ਇਹ ਬੇਨਤੀ ਕਰਦੇ ਵੀ ਭਾਈ ਇਹ ਜ਼ਰੂਰ ਲੈ ਲਓ, ਇਹਨਾਂ ਨੂੰ ਜ਼ਰੂਰਤ ਪੈਣਾ, ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਾਹਰ ਨਿਕਲ ਨਹੀਂ ਦੇਣਾ, ਇਹਨਾਂ ਨੂੰ ਤਾਲੇ ਲਾਣੇ ਪੈਣੇ ਆ, ਅਤੇ ਮਾਨਸਿਕ ਸਥਿਤੀ ਵੈਸੇ ਖਰਾਬ, ਸੰਗਲ ਇਹਨਾਂ ਨੂੰ ਪਾਉਣੇ ਪੈਣੇ ਆਪਣੇ। ਸਥਿਤੀ ਕਿੱਦਾਂ ਦੀ ਬਣਦੀ ਜਾ ਰਹੀ ਹੈ ਫਿਰ ਅੰਦਰ ਹਾਊਸ ਦੀ, ਕਿਉਂਕਿ ਸੱਤਾਧਿਰ ਤਾਂ ਕਹਿੰਦੀ ਕਿ ਤੁਸੀਂ ਉੱਥੇ ਜਾ ਕੇ ਚਰਚਾ ਕਰੋ, ਗੱਲਬਾਤ ਕਰੋ, ਉਹਨਾਂ ਦੇ ਨਾ ਰੌਲਾ ਪਾਓ, ਉਹਦੇ ਟਾਈਮ ਤੁਸੀਂ ਆਪ ਖਰਾਬ ਕਰ ਰਹੇ ਨੇ। ਸੱਤਾਧਿਰ ਕੀ ਵਿਰੋਧੀ ਧਿਰ ਤਾਂ ਚਰਚਾ ਕਰਨ ਲਈ ਤਿਆਰ ਹੈ? ਕੱਲ੍ਹ ਸਪੀਕਰ ਸਾਹਿਬ ਨੂੰ ਅਸੀਂ ਦੋ ਵਾਰ ਮਿਲੇ, ਉਹਨਾਂ ਦੇ ਚੈਂਬਰ ਜਾ ਕੇ ਬੇਸ਼ੱਕ ਪੁੱਛ ਲਿਓ, ਔਰ ਸਾਨੂੰ ਉਹਨਾਂ ਨੇ ਸਮਾਂ ਦਿੱਤਾ ਵੀ ਤੁਸੀਂ 10-10 ਮਿੰਟ ਜਿਹੜੇ ਆ ਉਹ ਜ਼ਰੂਰ ਬੋਲੋ। ਅਤੇ ਛਪੜਿੰਗ ਸਾਹਿਬ ਬੋਲ ਰਹੇ ਸੀ, 5 ਮਿੰਟ ਬਾਅਦ ਕਹਿੰਦੇ ਜੀ ਤੁਸੀਂ ਕੰਕਲੂਡ ਕਰੋ, ਅਤੇ ਉਹ ਕਹਿੰਦੇ ਜੀ ਤੁਸੀਂ ਤਾਂ ਕਿਹਾ ਵੀ ਅਸੀਂ ਸਮਾਂ ਦੇਣਾ ਸਾਰਿਆਂ ਨੂੰ, ਅਤੇ ਆਪਣੇ ਸਭ ਤੋਂ ਪਹਿਲਾਂ ਤਾਂ ਆਪਣੇ ਵਾਅਦੇ ਤੋਂ ਮੁਕਰੇ। ਅਸੀਂ ਤਾਂ ਡਿਬੇਟ ਕਰਨੀ ਚਾਹੁੰਦੇ ਸੀ, ਜੇ ਬਜਟ ਸੈਸ਼ਨ ਜੇ ਰਾਤ ਨੂੰ ਜੇ ਪਾਸ ਹੋਇਆ, ਜੇ ਰਾਤ ਨੂੰ 2 ਘੰਟੇ ਬਾਅਦ ਵੀ ਪਾਸ ਹੋ ਜਾਂਦਾ ਬਜਟ, ਅਤੇ ਤਾਂ ਵੀ ਕੀ ਪ੍ਰੋਬਲਮ ਸੀ? ਸਾਨੂੰ ਬੋਲਣ ਦੇ ਜਿਹੜੇ ਹੱਕ ਆ ਸਾਤੋਂ ਖੋਏ ਜਾ ਰਹੇ ਆ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਬਾਕੀ ਇਹ ਆ ਵੀ ਜਿਹੜਾ ਬਜਟ ਪਾਸ ਹੋਇਆ, ਕਿਉਂਕਿ ਜੇ ਬਜਟ 'ਚ ਕੁਛ ਹੁੰਦਾ ਤੇ ਜ਼ਰੂਰ ਸਾਨੂੰ ਬਹਿਸ ਕਰਨ ਦਿੱਤੀ ਜਾਂਦੀ, ਤੇ ਇਹ ਬਜਟ ਜਿਹੜਾ ਝੂਠ ਦੀ ਪੰਡ ਹੈ ਤੇ ਕਰਜ਼ੇ ਦੀ ਪੰਡ ਆ, ਲਾਈਵ ਸਭ ਕੁਝ ਚੱਲਦਾ। ਇਹ ਜਿਸ ਤਰ੍ਹਾਂ ਦੇ ਸੈਸ਼ਨ ਦੇ ਵਿੱਚ ਚੀਜ਼ਾਂ ਹੋਣ ਲੱਗ ਗਈਆਂ, ਲੋਕ ਕਹਿੰਦੇ ਆ ਫਾਇਦੇਮੰਦ ਬੇਸ਼ੱਕ ਨਾ ਹੋਵੇ ਪਰ ਇੰਟਰਸਟਿੰਗ ਜ਼ਰੂਰ ਹੋ ਰਿਹਾ। ਕਦੇ ਤੁਹਾਡੇ ਸਿਰ ਤੇ ਪੰਡ ਦੇਖਦੀ ਆ, ਉਹ ਲੋਕ ਵੇਂਦੇ ਆ, ਕਦੇ ਸੰਗਲ ਕਦੇ ਤਾਲੇ। ਮੈਂ ਤਾਂ ਇਹ ਕਹਿੰਦਾ ਵੀ ਇਹ ਸੰਗਲ ਤਾਲੇ ਪਤਾ ਨਹੀਂ ਇਹ ਕਿੱਥੋਂ ਇਹਨਾਂ ਨੂੰ ਆਉਂਦੇ ਆਈਡੀਏ। ਇਹ ਤਾਂ ਤਾਲਾ ਕਹਿੰਦੇ ਪਹਿਲਾਂ ਤਾਲਾ ਲੈ ਆਏ, ਕੱਲ ਸੰਗਲਾਂ ਦੀ ਗੱਲ ਕਰਨ ਲੱਗ ਪਏ, ਤੇ ਮੈਂ ਇਹੀ ਵਿਚਾਰ ਕੀਤਾ ਵੀ ਸੰਗਲਾਂ ਦੀ ਤੇ ਤਾਰਿਆਂ ਦੀ ਜ਼ਰੂਰਤ ਇਹਨਾਂ ਨੂੰ ਹੀ ਆ, ਇਸ ਕਰਕੇ ਸੰਗਲਾਂ 'ਚ ਮੈਂ ਗਿਫਟ ਦੇਣ ਲਿਆ ਜੀ ਸਪੀਕਰ ਸਾਹਿਬ ਨੂੰ ਵੀ ਭਾਈ ਇਹਨਾਂ ਨੂੰ ਦੇ ਦਿਓ, ਇਲੈਕਸ਼ਨ ਆਉਣ ਵਾਲੇ ਆ, ਲੋਕਾਂ ਨੇ ਡਲੇ ਵੀ ਮਾਰਨੇ ਆ, ਤੇ ਘਰ ਅੰਦਰ ਬੈਠ ਕੇ ਸੰਗਲ ਪਾ ਲਿਓ ਆਪਣੇ, ਬੰਨ ਲਿਓ ਆਪਣੇ ਆਪ ਨੂੰ, ਤੇ ਬਾਹਰ ਲਾ ਲਿਓ ਤਾਲਾ। ਤਾਂ ਮੁੱਖ ਮੰਤਰੀ ਸਾਹਿਬ ਦੇ ਤਾਲੇ ਦੇ ਸਾਹਮਣੇ ਸੰਗਲ ਲੈ ਕੇ ਪਹੁੰਚ ਗਏ ਨੇ।
ਉਪ ਨੇਤਾ ਵਿਰੋਧੀ ਧਿਰ ਡਾਕਟਰ ਰਾਜ ਕੁਮਾਰ ਚੱਬੇਵਾਲ ਹੋਣੀ, ਤਾਂ ਲੋਕਾਂ ਦੇ ਮੁੱਦਿਆਂ ਤੇ ਕਿਸ ਤਰ੍ਹਾਂ ਦੀ ਚਰਚਾ ਹੋਵੇਗੀ, ਕੀ ਕੁਝ ਗੱਲਬਾਤ ਹੋਏਗੀ, ਕੀ ਲੋਕਾਂ ਨੇ ਜਿਹੜੇ ਆਪਣੇ ਨੁਮਾਇੰਦੇ ਚੁਣ ਕੇ ਭੇਜੇ ਨੇ ਉਹਨਾਂ ਦੇ ਪੱਖ ਦੀ ਜਾਂ ਉਹਨਾਂ ਦੇ ਲਈ ਕੋਈ ਗੱਲਬਾਤ ਹੋਏਗੀ, ਲੋਕ ਮੁੱਦੇ ਹੱਲ ਵਾਲੇ ਪਾਸੇ ਵਧਣਗੇ, ਸਮਾਂ ਦੱਸੇਗਾ। ਪਰ ਹਾਲ ਫਿਲਹਾਲ ਦੀ ਘੜੀ ਵਿਧਾਨ ਸਭਾ 'ਚ ਜਿਸ ਤਰ੍ਹਾਂ ਦਾ ਇਹ ਹਾਲਾਤ ਨੇ, ਜਿਸ ਤਰ੍ਹਾਂ ਮਾਹੌਲ ਆ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।